ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਰਚਨਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੀਵਨ ਪਰਸੰਗ ਆ ਉਸ ਦਾ ਅਗਲਾ ਹਿੱਸਾ ਸ਼ਰਵਣ ਕਰਨ ਦੀ ਕੋਸ਼ਿਸ਼ ਕਰਿਏ ਜੀ ਦਸਵਾਂ ਹੈ ਸ਼ਾਂਤ ਰਸ ਨਾਲ ਵੀਰ ਰਸੀ ਤਿਆਰੀਆਂ ਗੁਰੂ ਜੀ ਨੇ ਗੱਦੀ ਬੈਠ ਕੇ ਜੋ ਰੌਰੀ ਕੀਤੀ ਟੋਰੀ ਓਸੀ ਜੋ ਪਹਿਲੇ ਸਤਗੁਰਾਂ ਦੀ ਸੀ ਤੜਕੇ ਆਸਾ ਦੀ ਵਾਰ ਦਾ ਪੋਗ ਉਪਦੇਸ਼ ਸ਼ਰਮੰਦਰ ਵਿੱਚ ਲਗਾਤਾਰ ਕੀਰਤਨ ਸ਼ਾਮਾਂ ਦੇ ਦੀਵਾਨ ਪਰ ਨਾਲ ਵੀ ਰਸੀ ਸਮਾਨ ਵੀ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਚੰਗਾ ਘੋੜਾ ਮਿਲੇ ਤਾਂ ਖਰੀਦ ਲੈਣਾ ਸ਼ਸਤਰ ਸੋਨਾ ਮੁੱਲ ਲੈ ਲੈਣਾ ਜੋ ਦਾ ਸਿੱਖ ਪਾਸਾ ਕੇ ਰਹਿਣਾ ਚਾਹੇ ਤਾਂ ਰੱਖ ਲੈਣਾ ਤੇ ਵੀ ਰਸੀ ਜੀਵਨ ਸਿਖਾਉਣਾ ਇਉ ਗੁਰੂ ਜੀ ਪਾਸ ਜਵਾਨ ਭਰਤੀ ਹੋਣ ਲੱਗ ਪਏ ਸਿੱਖ ਨੌਜਵਾਨ ਜਿਨ੍ਹਾਂ ਨੂੰ ਪੰਜਵੇਂ ਸਤਿਗੁਰੂ ਦਾ ਸਾਕਾ ਦੁਖੀ ਕਰ ਰਿਹਾ ਸੀ ਪਹਿਲੋਂ ਉਹ ਆ ਜੁੜੇ ਉਹਨਾਂ ਨੂੰ ਫੌਜੀ ਜੀਵਨ ਤੇ ਕਵਾਇਦਾ ਸਿਖਾਉਣ ਦੇ ਪ੍ਰਬੰਧ ਹੋ ਗਏ ਆਏ ਗਏ ਪ੍ਰੇਮੀ ਸਿੱਖੇ ਸੁਣ ਕੇ ਕਿ ਸਾਡਾ ਗੁਰੂ ਨਵੀਂ ਜਿੰਦ ਦਿਲਾਂ ਵਿੱਚ ਫੂਕਣ ਲੱਗਾ ਹੈ ਸ਼ਸਤਰ ਕੋੜੇ ਕਪੜੇ ਤੇ ਹੋਰ ਸਾਮਾਨ ਪੇਟਾਂ ਵਜੋਂ ਲਿਆ ਕਿ ਅਰਪਣ ਕਰਨ ਲੱਗ ਪਏ। ਅਕਾਲ ਬੁੰਗੇ ਦੇ ਅੱਗੇ ਮੈਦਾਨ ਵਿੱਚ ਜੋ ਦੀਵਾਨ ਸਜਦਾ ਉਥੇ ਸਾਰੇ ਜਵਾਨ ਸੂਰਮੇ ਆਸ਼ਾਮਲ ਹੁੰਦੇ। ਗੁਰਬਾਣੀ ਦਾ ਕੀਰਤਨ ਵੀ ਸੁਣਦੇ। ਢਾਡੀ ਵਾਰਾਂ ਵੀ ਲਾਉਂਦੇ ਜੋ ਬੀਰ ਰਸੀ ਉਤਸ਼ਾਹ ਦਿਲਾਂ ਵਿੱਚ ਪਰਦੇ। ਇਹਨਾਂ ਵਿੱਚ ਮੁਖ ਢਾਡੀ ਦਾ ਨਾਮ ਅਬਦੁੱਲਾ ਸੀ ਜੈਸਾ ਕਿ ਲਿਖਿਆ ਹੈ। ਸੁਨ ਅਬਦੁੱਲ ਢਾਡੀ ਚਲ ਆਇਓ ਭਏ ਸੁਪੜ ਤਿੰਨ ਕੋ ਜਸ ਗਾਇਓ। ਜਿਸਕੇ ਸੁਨਤ ਬੀਰ ਰਸ ਜਾਗੇ ਕਾਇਰ ਸੋਪੇ ਲਰੇ ਨਾ ਪਾਗੇ ਸਿੱਖਾਂ ਵਿੱਚੋਂ ਜੋ ਨਵੇਂ ਬੀਰ ਰਸ ਦੇ ਜੀਵਨ ਲਈ ਆਏ ਸੀ ਉਹ ਤਾਂ ਅੱਗੇ ਹੀ ਉੱਚੇ ਜੀਵਨ ਤੋਂ ਵਾਕਿਫ ਤੇ ਗੁਰੂ ਘਰ ਦੇ ਪ੍ਰੇਮੀ ਸੀ ਹੋਰ ਜੋ ਜਵਾਨ ਆਏ ਤੇ ਭਰਤੀ ਕੀਤੇ ਉਹਨਾਂ ਨੂੰ ਧਾਰਮਿਕ ਜੀਵਨ ਸਦਾਚਾਰੀ ਆਦਰਸ਼ ਤੇ ਉਪਕਾਰ ਦੇ ਸਬਕ ਦਿੱਤੇ ਜਾਂਦੇ ਉਹ ਬਾਣੀ ਪੜ੍ਹਦੇ ਸੁਣਦੇ ਤੇ ਸਤਗੁਰਾਂ ਦੇ ਇਤਿਹਾਸ ਤੋਂ ਜਾਣੂ ਹੋ ਕੇ ਸਦਾਚਾਰ ਵਿੱਚ ਉੱਚੇ ਹੋ ਜਾਂਦੇ 11ਵਾਂ ਹੈ ਮੀਰੀ ਪੀਰੀ ਸ੍ਰੀ ਗੁਰੂ ਜੀ ਧਰਮ ਪ੍ਰਚਾਰ ਤੇ ਬੀਰ ਰਸੀ ਜੀਵਨ ਦੋਹੇ ਪਹਿਲੂ ਬ ਪਹਿਲੂ ਬਣਾ ਰਹੇ ਸੰ ਅੰਮ੍ਰਿਤ ਵੇਲੇ ਤੇ ਦਿਨ ਚੜੇ ਧਰਮ ਪ੍ਰਚਾਰ ਹੁੰਦਾ ਦਿਨ ਢੱਲੇ ਬੀਰ ਰਸੀ ਰੰਗ বাজਦੇ ਯਥਾ ਕਰੈ ਅਖੀਰ ਬਿਰਤ ਕੀ ਲੀਲਾ ਤਰੈ ਸ਼ਸਤਰ ਕਰ ਅੰਗ ਛਬੀਲਾ आए अकाल परसों हैं, लगे दीवान पिखें मनमोहें सोदर चौंकी शब्द सुनते संगत आए रूप दर्शनते, बहुर जाए निज महल मजारा अनक स्वाद के अंचे आहारा जाम गए जामुन सुपतावें रहे जाम उठ सोच नहावें इस बित कर हैं नित व्यवहारु दिन प्रत बली होत तुदुच्चारु सूरज प्रकाश ਇਸ ਪ੍ਰਕਾਰ ਪ੍ਰਚਾਰ ਹੁੰਦਾ ਗਿਆ ਕੋੜੇ ਸ਼ਸਤਰ ਆਦਿ ਕੁਝ ਬਾਰੋਂ ਸੰਗਤਾਂ ਵੱਲੋਂ ਆਉਣ ਲੱਗ ਪਏ ਕੁਝ ਖਰੀਦੇ ਜਾਣ ਲੱਗ ਪਏ ਜੋਦੇ ਕੋਈ ਕੋਈ ਸਿੱਖ ਆ ਗਏ ਕੋਈ ਨੌਕਰ ਰੱਖੇ ਇਕ ਵੀਰ ਕਈ ਸੋ ਇਕੱਠੇ ਆ ਗਏ ਫਿਰ ਇਕ ਵੀਰ ਮਾਜੇ ਮਾਲਵੇ ਵਿੱਚੋਂ 20-25 ਦੀ ਉਮਰਾਂ ਦੇ ਗੱਭਰੂ ਤਰੇ 400 ਆ ਗਏ ਸਾਰੇ ਰਖ ਲਏ ਕਵੀ ਜੀ ਲਿਖਦੇ ਹਨ ਜਿੰਨ ਕੋ ਤੁਰਕ ਗਵਾਰ ਕਹਨਤੇ ਨਹਿਨ ਚਾਕਰੀ ਏਤ ਰਖਨ ਤੇ ਸਭ ਸਤ ਗੁਰਸੋ ਰਾਖਨ ਕਰੇ ਬਸਤਰ ਸ਼ਸਤਰ ਦੇ ਸੁਭਤਾ ਤਰੇ ਫਿਰ ਇਹਨਾਂ ਲਈ ਘੋੜਿਆਂ ਦੇ ਪ੍ਰਬੰਧ ਹੋਏ ਜੰਗੀ ਵਿਦਿਆ ਲਈ ਇੱਕ ਵਾਇਦ ਬਣਾਈ ਜੋ ਦੇਣ ਲਈ ਪਹਿਲਾਂ ਸਿਖਾਏ ਹੋਏ ਜਵਾਨ تھاਪੇ ਇਹਨਾਂ ਵਿੱਚੋਂ ਵੀਰਸ ਤੇ ਦੇਸ਼ ਭਗਤੀ ਦਾ ਮਾਧਾ ਪੈਦਾ ਕਰਨ ਲਈ ਲਿਖਿਆ ਹੈ ਅਬਦਲ ਨੂ ਰਖਿਆ ਇਸ ਦਾ ਪੂਰਾ ਨਾਮ ਸੀ ਅਬਦਲ ਨਥਾ ਇਹ ਬੀਰ ਰਸੀ ਕਵਿਤਾ ਦਾ ਲਾਇਕ ਕਵੀ ਤੇ ਵਾਰਾਂ ਗਾਇਨ ਦਾ ਪ੍ਰਵੀਨ ਢਾਡੀ ਸੀ ਜਿਸ ਦੇ ਗਾਇਨ ਨਾਲ ਬੀਰ ਰਸ ਠਾਠਾ ਮਾਰ ਹੁੰਦਾ ਸੀ ਹੁਣ ਸਹਿਨਾ ਕੋਈ 5 600 ਦੇ ਲਗਭਗ ਹੋ ਗਈ ਜੋ ਬੀਰ ਰਸ ਵਿੱਚ ਡੁੱਲ ਡੁੱਲ ਪੈਂਦੀ ਸੀ ਗੁਰੂ ਜੀ ਨੂੰ ਜੋਦੇ ਕਈ ਵੇ ਰਾਖਦੇ ਤੁਮਰੋ ਹੁਕਮ ਓਜ ਦਿਖਰਾਵੇਂ ਅਰ ਭਿਓ 라ਵਰ ਕੇ ਪਕ ਸੀਸ ਤੁਮੇ ਪਰਵਾ ਨਾ ਹੋ ਜਗਦੀਸ दोय लोकन कीचह कल्याण परे शरण रावर की आन इस्बित बहुत वीर रस वदे आयोत बिदिया कोनित सदे जोदा ब्रंद बिलंद आनंदित गुरु सुकंद बंद कर बंदित सरब दरब ले सदन पुचावे भोजन देग बिखेन नित खावे शस्त्र बस्तर बक्षें पट गण को जो अबलाखत मन में रण को ਇਮ ਨਿਤ ਪ੍ਰਤ ਅਤ ਚਿਤ ਉਤਸ਼ਾਹਤ ਚੰਮੂ ਸਹਿਦ ਗੁਰਕਾਨਨ ਗਾਹਤ ਸੂਰਜ ਪ੍ਰਕਾਸ਼ ਆਪ ਦਾ ਸਰੀਰ ਅਤ ਸੁੰਦਰ ਸੀ ਤੇ ਢੀ ਲੰਮੀ ਹੋ ਗਈ ਕਿਸੇ ਫਾਰਸੀ ਲੇਖਕ ਨੇ ਲਿਖਿਆ ਹੈ ਕਿ ਆਮ ਲੋਕਾਂ ਵਿੱਚੋਂ ਲੰਮੇ ਸ਼ਰੀਰਾਂ ਦੇ ਸਿਰ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਮੋਢਿਆਂ ਤੱਕ ਮਸਾਂ ਪੜਦੇ ਸਨ ਕਵੀ ਜੀ ਆਪ ਦੇ ਸਰੀਰ ਦਾ ਵੇਰਵਾ ਤੇ ਜੰਗੀ ਅਭਿਆਸ ਬੜੇ ਸੋਹਣੇ ਪਦਾਂ ਵਿੱਚ ਲਿਖਦੇ ਹਨ किम श्री सतगुरु हर करें शिकार बिहार बिलंद चमू चणै सबमह छावें छुटै तुफंगन शबद उठावें महाकुदाय पलाए तुरंग अशोभत जाहे कुरंग दिन प्रति सतगुर चार शरीर बल जुद बदे हृदय बोतीर चरण बिलंद मृदुल अरबिंद सुंदर जुत अंगुरी बृंद ਏਡੀ ਜੁਗਤ ਅਰਣ ਹੈ ਬਰਣ ਗੁਲਫ ਉਤੰਗ ਸ਼ੁਭੋਪੁਰ ਚਰਣ ਜਾਨੂ ਜੰਗ ਮਹਾ ਚੜ ਹੋਏ ਮਨੋ ਓਜ ਕੇ ਥੰਬ ਖਰੋਏ ਆਇਤ ਛਾਤੀ ਅਛੇ ਗਾੜੇ ਬਜਰ ਕਪਾਟ ਕਠਨ ਰਿਪ ਠਾਂਡੇ ਉਦਰ ਸਤਰ ਵਾਲੀ ਸੁੰਦਰ ਸੋਹਤ ਨਾਬ ਗੰਭੀਰ ਦਿਖਤ ਚਿਤ ਮੋਹਤ ਬਾਹੋਂ ਅਜਾਨ ਸੋ ਅਸ ਅਨਮਾਨੋ शुभत करी करबली महानो दिपत प्रचंड बडे पुज धंड मनो ब्रज के ए युग खंड जंगी तीर फुलादी खपरे कह कह ब्रंद करावें अपरे हेर हेर तीखन बड तीर श्री सतगुरु हर गोविंद तीर तुर्क शतरगन अंग मझारा मम करते परवेशय किस बारा कबहु जंग में होए निसंग करों पर हारन खरन खतंग कब को गह चलावें मार लच को तरें गिरावें मुंगरी गायें भारी को फेरें अनक वार बाहनते प्रेरें सरव नरनते डील बढेरो नहसम अपर कहूं हेरो पूजा जंग आदक अंगसारे करें सराहन मिले निहारे सूरज प्रकाश इस प्रकार दिन प्रतिदिन ਆਪ ਦਾ ਭੌਤਿਕ ਸਰੀਰ ਵੱਡਾ ਹੁੰਦਾ ਗਿਆ ਵੀਰ ਰਸੀ ਸਮਾਨ ਵਧਦੇ ਗਏ ਪਰ ਪਰਮਾਰਥਕ ਫਰਜ਼ ਗੁਰਬਾਣੀ ਵਾਲੇ ਰਤਾ ਨਹੀਂ ਕੱਟੇ ਨਾਉ ਨਾਵਲ ਰੁਚੀ ਕਾਟੀ ਜਗਤ ਨੂੰ ਤਾਰਦੇ ਆਪ ਨਾਮ ਪ੍ਰੇਮ ਤੇ ਬਾਣੀ ਪ੍ਰੇਮ ਦੀ ਅਵਧੀ ਹੋਏ ਰਹੇ ਬਾਣੀ ਪੜਨ ਵਿਚਾਰਨ ਦਾ ਸ਼ੌਕ ਬਹੁਤ ਸੀ ਆਦ ਪਾਛਾਈ ਦਾ ਮਾਰੂ ਸੋਹਲੇ ਦਾ ਇਹ ਸ਼ਬਦ ਬੜੇ ਰੰਗਾ ਨਾਲ ਪੜਿਆ ਕਰਦੇ ਸਨ मारू महल्ला पहला आपे कर्ता पुरख बिधाता जिन आपे आप उपाय पछाता आपे सतगुर आपे सेवक आपे सृष्ट उपायी है आपे नेड़े नाहीं दूर बूझै गुरमुख सेजन पूरे तिनकी संगत एहन सलाह गुरसंगत ये वडाई है जुग जुग संत भले प्रभ तेरे ਆਰਗੁਣ ਗਾਵੇ ਰਸਨ ਰਸੀਰੇ ਉਸਤਤ ਕਰੇ ਪਰ ਹਰ ਦੁਖਦਾਲਦ ਜਿਨਾਹੀ ਚਿੰਤ ਪਰਾਈ ਹੈ ਉਹ ਜਾਗਤ ਰਹੇ ਨਾ ਸੂਤੇ ਦਿਸੈ ਸੰਗਤ ਕੁਲ ਤਾਰੇ ਸਾਚ ਪਰਿਸੈ ਕਲਮਲ ਮੈਲ ਨਾਹੀ ਤੇ ਨਿਰਮਲ ਉਹ ਰਹੇ ਭਗਤ ਲੇਵਲਾਈ ਹੈ ਬੂਜੋ ਹਰ ਜਨ ਸਤਗੁਰ ਬਾਣੀ ਇਹ ਜੋ ਬਨ ਸਾਸ ਹੈ ਦੇਹ ਪੁਰਾਣੀ ਆਜ ਕਾਲ ਮਰ ਜਾਈਏ ਪ੍ਰਾਣੀ ਹਰ ਜਪ ਜਪ ਰਿਦੈ ਤੇ ਆਈ ਹੈ ਛੋਡੋ ਪ੍ਰਾਣੀ ਕੂੜ ਕਬਾੜਾ ਕੂੜ ਮਾਰੇ ਕਾਲ ਉਛਾੜਾ ਸਾਕਤ ਕੂੜ ਪਚੈ ਮਨ ਹੋਮੈ ਦੋਹ ਮਾਰਗ ਪਚੈ ਪਚਾਈ ਏ ਛੋਡੋ ਨਿੰਦਾ ਤਾਤ ਪਰਾਈ ਪੜ ਪੜ ਦਜੈ ਸ਼ਾਂਤ ਨ ਆਈ ਮਿਲ ਸਤ ਸੰਗਤ ਨਾਮ ਸਲਾਹੋ ਆਤਮ ਰਾਮ ਸਖਾਈ ਏ ਮਾਰੂ ਸੋਲ ਹੈ ਮਹੱਲਾ ਪਹਿਲਾ 12ਵਾਂ ਹੈ ਲਾਹੌਰ ਜਾਣਾ ਲਿਖਿਆ ਹੈ ਕਿ 1678 ਬਿਕਰਮੀ ਨੂੰ ਲਾਹੌਰ ਦੀ ਸੰਗਤ ਨੇ ਆਪ ਜੀ ਨੂੰ ਲਾਹੌਰ ਚੱਲਣ ਲਈ ਪ੍ਰੇਰਣਾ ਕੀਤੀ। ਆਪ ਜੀ ਵੀ ਜਾਣਾ ਚਾਹੁੰਦੇ ਸਨ। ਨਾਮ ਪ੍ਰਚਾਰ ਦੇ ਨਾਲ ਇੱਕ ਪਿਤਰੀ ਫਰਜ਼ ਪੂਰਾ ਕਰਨ ਦੇ ਪ੍ਰੇਮ ਵਿੱਚ ਸਨ। ਲਾਹੌਰ ਗਏ। ਆਪਣੇ ਪ੍ਰੇਮੀ ਸਿੱਖ ਜੀਵਨ ਦੇ ਘਰ ਜਾ ਟਿਕੇ। ਤਰੇ ਮਹੀਨੇ ਟਿਕੇ। ਨਾਮ ਬਾਣੀ ਦੇ ਖੁੱਲੇ ਗੱਫੇ ਵੰਡੇ। ਉਸ ਵੇਲੇ ਦੇ ਸ਼ਹਿਰ ਦੇ ਪ੍ਰਸਿੱਧ ਫਕੀਰ ਭਗਤ ਵੀ ਦਰਸ਼ਨ ਕਰਨ ਤੇ ਗੁਰੂ ਨਾਨਕ ਦੇ ਗੱਦੀ ਨਸ਼ੀਨ ਜਾਣ ਕੇ ਆਉਂਦੇ ਰਹੇ ਸਤਸੰਗ ਦਾ ਰੰਗ ਵੱਜਦਾ ਰਿਹਾ ਆਪ ਜੀ ਇੱਥੇ ਤਰੇ ਮਹੀਨੇ ਟਿਕੇ ਇੰਨੇ ਵਕਤ ਵਿੱਚ ਆਪਨੇ ਉਸ ਟਿਕਾਣੇ ਦੇਹੋੜਾ ਬਣਾਇਆ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਦੇਹੀ ਦਾ ਸੰਸਕਾਰ ਹੋਇਆ ਸੋਹਣਾ ਦੇਹੋੜਾ ਹੁਣ ਤਾਂ ਹੀ ਸਜਰਿਆ ਹੈ ਨਾਲ ਦੀਵਾਨ ਖਾਨਾ ਵੀ ਹੈ ਪ੍ਰਕਾਸ਼ ਹੁੰਦਾ ਹੈ ਮੀਆਂ ਅਮੀਰ ਜੀ ਪ੍ਰਸਿੱਧ ਫਕੀਰ ਜੋ ਗੁਰੂ ਘਰਾਨੇ ਦੇ ਵੀ ਪ੍ਰੇਮੀ ਤੇ ਸਮਦਰਸ਼ਟੇ ਸੇ ਜੋ ਗੁਰੂ ਅਰਜਨ ਦੇਵ ਜੀ ਦੇ ਪ੍ਰੇਮੀ ਸੇ ਉਹਨਾਂ ਦੀਆਂ ਕਸ਼ਟਣੀਆਂ ਵੇਲੇ ਆਪ ਸਹਾਇਤਾ ਪੇਸ਼ ਕਰਨ ਗਏ ਸੇ ਤੇ ਸਤਿਗੁਰੂ ਜੀ ਦੀ ਸਹਿਨਸ਼ੀਲਤਾ ਤੇ ਕਹਿਣੀ ਕਰਨੀ ਦੀ ਏਕਤਾ ਉਸ ਕਸ਼ਟ ਵਿੱਚ ਇੱਕੋ ਜਿਹੀ ਦੇਖ ਕੇ અત્યੰਤ ਪ੍ਰਭਾਵਿਤ ਹੋਏ ਸੇ ਆਪ ਜੀ ਨਾਲ ਖਾਸ ਪ੍ਰੇਮ ਕਰਦੇ ਰਹੇ 13ਵਾਂ ਹੈ ਲੋਗੜ ਲਾਹੌਰ ਦਾ ਕਾਰਜ ਸਾਰ ਕੇ ਆਪ ਜੀ ਫਿਰ ਰਾਮਦਾਸਪੁਰੇ ਆ ਗਏ ਤੇ ਆਪਨੇ ਮੀਰੀ ਪੀਰੀ ਦੇ ਦੋਏ ਕਾਰਜ ਸਾਰ ਦੇ ਸੁਖਵੰਦ ਦੇ ਰਹੇ ਆਪਣੀ ਨਗਰੀ ਦੀ ਰੱਖਿਆ ਦਾ ਫਿਕਰ ਹੋਇਆ ਆਪਨੇ ਸੋਚਿਆ ਕਿ ਹੁਣ ਕੋਈ ਛੋਟਾ ਮੋਟਾ ਕੋਟ ਬਣੇ ਜਿਸ ਵਿੱਚ ਬੈਠ ਕੇ ਕਿਸੇ ਆਈ ਅਬਦਾ ਵੇਲੇ ਸੂਰ ਮੇਂ ਨਗਰ ਦੀ ਰਾਖੀ ਕਰ ਸਕਣ ਅਤੇ ਜਿੱਥੇ ਸਿਲਹਾ ਘਾਨਾ ਹੋਵੇ ਜਿਸ ਵਿੱਚ ਸਾਮਾਨ ਨੇ ਜੰਗ ਸੁਰੱਖਿਅਤ ਟਿਕਿਆ ਰਹੇ ਇਸ ਸੋਚ ਅਨਸਾਰ ਇੱਕ ਕੋਟ ਰਚਿਆ ਜਿਸ ਦਾ ਨਾਮ ਲੋਗੜ ਰੱਖਿਆ। ਇਸ ਦੇ ਰਚੇ ਜਾਣ ਦਾ ਸਮਤ 1671 ਬਿਕਰਮੀ ਲਿਖਿਆ ਹੈ। ਇੱਥੇ ਸਾਰਾ ਸਮਾਨ ਕਰਕੇ ਆਪ ਜੀ ਤਰਨ ਤਾਰਨ ਗੋਇੰਦਵਾਲ ਹੁੰਦੇ ਦੁਆਬੇ ਵਿੱਚ ਕਰਤਾਰਪੁਰੇ ਚਲੇ ਗਏ। ਇਰਤ ਗਿਰਦ ਫਿਰਕੇ ਲਿਖਿਆ ਹੈ ਕਿ 7 ਮਹੀਨੇ ਨਾਮਦਾਨ ਦੇ ਗਫੇ ਵੰਡੇ। ਕਰਤਾਰਪੁਰ ਵਿੱਚ ਮਕਾਨ ਬਣਵਾਏ। ਬਾਗ ਲਗਵਾਇਆ ਆਪਣੇ ਪਿਤਾ ਪ੍ਰਭੂ ਦੀ ਬਣਾਈ ਨਗਰੀ ਨੂੰ ਰੌਣਕ ਦਿੱਤੀ ਤੇ ਇੱਥੇ ਵਿਸਾਖੀ ਨੂੰ ਜੋੜ ਮੇਲਾ ਲੱਗਣ ਦੀ ਪਿਰਤ ਟੋਰੀ ਜੋ ਹੁਣ ਤੱਕ ਪਾਇਮ ਹੈ ਚੌਦਵਾਂ ਹੈ ਲਾਹੌਰ ਅਤੇ ਦੁਆਬੇ ਦਾ ਦੋਰਾ ਚਾਹੇ ਉਮਰਾਂ ਛੋਟੀ ਸੀ ਪਰ ਆਤਮਾ ਬਲਵਾਨ ਸੀ ਹਿਰਦਾ ਕੁਸ਼ਲ ਤੇ ਪਰਮ ਉੱਚਾ ਸੀ ਬੁੱਧੀ ਅਨਭਵੀ ਸੀ ਜਿਸ ਵਿੱਚ ਇਨਸਾਨੀ ਅਕਲ ਦਾ ਵੀ ਕਮਾਲ ਸੀ ਦੁਨੀਆ ਵਿੱਚ ਅਕਬਰ ਵਰਗੇ ਕਈ ਇਨਸਾਨ ਮਾਤਰ ਛੋਟੀ ਉਮਰੇ ਵੱਡੀ ਅਕਲ ਵਾਲੇ ਵੱਡੇ ਕੰਮ ਕਰਨ ਵਾਲੇ ਹੋਏ ਹਨ ਇੱਥੇ ਤਾਂ ਰੂਹਾਨੀ ਕਮਾਲ ਵੀ ਸੀ ਤੇ ਤੋਰੋਂ ਗੁਰੂ ਪਦਵੀ ਲੈ ਕੇ ਆਏ ਸਨ ਆਪ ਜੀ ਨੇ ਛੋਟੀ ਉਮਰੇ ਹੀ ਸਾਰੇ ਕਾਰਜ ਸੰਭਾਲ ਲਏ ਸਨ ਤਵਾਰੀਖ ਗੁਰਖਾਲਸਾ ਵਿੱਚ ਲਿਖਿਆ ਹੈ ਕਿ ਆਪਨੇ ਗੱਦੀ ਬੈਠਣ ਤੋਂ ਕੁਝ ਹਰਸੇ ਮਗਰੋਂ ਦੋਰਾ ਲਾਹੌਰ ਦਾ ਕੀਤਾ ਤੇ ਸੰਗਤ ਨਿਹਾਲ ਹੋਈ ਉਥੋਂ ਦੇ ਭਗਤਾਂ ਫਕੀਰਾਂ ਪ੍ਰਸਿੱਧ ਦਰਵੇਸ਼ਾਂ ਉਤੇ ਆਪਣੀ ਆਤਮਕ ਸ਼ਕਤੀ ਅਤੇ ਬੁੱਧੀ ਦੇ ਕਮਾਲ ਦਾ ਅਸਰ ਪਾ ਕੇ ਸਨਮਾਨੇ ਗਏ ਲਾਹੌਰ ਰਹਿੰਦਿਆਂ ਇੱਕ ਦਿਨ ਇੱਕ ਭਗਤ ਨੇ ਆਪ ਤੋਂ ادب ਨਾਲ ਪੁੱਛਣਾ ਕੀਤੀ ਕਿ ਸਿੱਖਾਂ ਨੂੰ ਲੜਾਈ ਕਿਉਂ ਸਿਖਾ ਰਹੇ ਹੋ ਗੁਰੂ ਜੀ ਮੁਸਕਰਾਏ ਤੇ ਬੋਲੇ ਸੁਣੋ ਵਾਕ ਕਬੀਰ ਜੀ ਦਾ ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਕੀ ਭਗਤ ਨੇ ਸਿਰ ਨਿਵਾ ਦਿੱਤਾ ਤੇ ਕਿਹਾ ਸਚ ਫਰਮਾਇਆ ਨੇ ਇੱਕ ਦਿਨ ਮਿਲਣ ਆਏ ਪੀਰਾਂ ਫਕੀਰਾਂ ਵਿੱਚੋਂ ਇੱਕ ਨੇ ਪੁੱਛਿਆ ਕਿ ਆਪ ਜੀ ਨੇ ਗੁਰੂ ਨਾਨਕ ਸੁਲਹਿ ਕੁਲ ਦੇ ਪੰਥ ਵਿੱਚ ਹਿੰਸਾ ਕਿਉਂ ਜਾਰੀ ਕਰ ਦਿੱਤੀ ਹੈ ਹਥਿਆਰ ਬੰਦ ਹੋ ਕੇ ਕੌਣ ਹਿੰਸਾ ਤੋਂ ਬਚ ਸਕਦਾ ਹੈ ਗੁਰੂ ਜੀ ਮੁਸਕਰਾਏ ਤੇ ਬੋਲੇ ਇਹ ਪੁੱਛ ਕਿਸੇ ਜੈਨੀ ਸਾਧੂ ਤੋਂ ਤਫਬਦੀ ਹੈ ਪਰ ਆਪ ਦੇ ਬਜ਼ੁਰਗਾਂ ਨੇ ਜਿਨ੍ਹਾਂ ਇਸਲਾਮ ਟੋਰਿਆ دین ਦੀ ਹਿਦਾਇਤ ਵੀ ਦੇਂਦੇ ਸਨ ਅਤੇ ਸ਼ਮਸ਼ੀਰ ਜਨੀ ਵੀ ਕਰਦੇ ਸਨ ਨੂੰ ਕਹਿਣੀ ਨਹੀਂ ਬਣਦੀ ਇਹ ਸੁਣ ਕੇ ਪੀਰ ਜੀ ਨੇ ਕਿਹਾ ਬਹੁਤ ਖੂ ਘਰ ਪੂਰਾ ਕਰ ਦਿੱਤਾ ਨੇ ਇੱਕ ਦਿਨ ਇੱਕ ਵੈਸ਼ਨਵ ਸੰਤ ਆਪ ਜੀ ਨੂੰ ਮਿਲੇ ਉਹਨਾਂ ਵੀ ਇਹੋ ਪ੍ਰਸ਼ਨ ਕੀਤਾ ਕਿ ਆਪਣੇ ਸਿੱਖਾਂ ਨੂੰ ਜੋ ਚਾਹੇ ਗ੍ਰਸਥ ਵਿੱਚ ਹਨ ਸਾਧੂ ਜੀਵਨ ਬਸਰ ਕਰਦੇ ਹਨ ਉਹਨਾਂ ਨੂੰ ਤਲਵਾਰ ਕਾਸ ਨੂੰ ਫੜਾਈ ਤਾਂ ਆਪ ਬੋਲੇ ਤਲਵਾਰ ਫੜਾਈ ਹੈ ਕਿ ਜ਼ਾਲਮ ਦੀ ਤਲਵਾਰ ਦੇ ਅੱਗੇ ਢਾਲ ਦਾ ਕੰਮ ਦੇਵੇ ਕਤਲ ਲਈ ਨਹੀਂ ਪਰ ਕੀਕੋ ਕਤਲ ਹੋਈਦਾ ਹੈ ਇਹਨਾਂ ਨੂੰ ਸਿਖਾ ਲੈਣਾ ਹੈ ਕਰਮ ਕਰਤ ਹੋਵੇ ਨੇ ਕਰਮ ਤਿਸ ਬੈਸਨੋਂ ਕਾ ਨਿਰਮਲ ਤਰ ਪਿਛਲੇ ਸਤਗੁਰਾਂ ਵਾਂਗੂ ਆਪ ਜੀ ਨੂੰ ਵੀ ਕੁਝ ਹੋਗੀ ਆ ਮਿਲੇ ਇਨਾਂ ਵਿੱਚੋਂ ਇੱਕ ਨੇ ਪੁੱਛਿਆ ਆਪ ਦੇ ਪਿਤਾ ਜੀ ਚਾਹੋ ਅਤੀਤ ਨਹੀਂ ਸਨ ਪਰ ਪੂਰੇ yogiraj ਸਨ ਸਾਇਬੇ ਕਰਾਮਾਤ ਸਨ ਉਹ ਚਾਹੁੰਦੇ ਤਾਂ ਕਰਾਮਾਤ ਨਾਲ ਮੁਗਲ ਪਾਸ਼ਾਹੀ ਖਤਮ ਕਰ ਦਿੰਦੇ ਪਰ ਆਪ ਨੇ ਅਕਹਿ ਤੇ ਅਸਹਿ ਕਸ਼ਟ ਸਹਾਰੇ ਸੀ ਤੱਕ ਨਾ ਕੀਤੀ ਤੇ ਦੁਸ਼ਟਾਂ ਦਾ ਨਾਸ਼ ਨਾ ਕੀਤਾ ਗੁਰੂ ਜੀ ਨੇ ਇੱਕ ਲੰਮਾ ਸਾਹ ਲਿਆ ਤੇ ਫਰਮਾਇਆ ਪਿਆਰੇ ਪਿਤਾ ਜੀ ਸਰਬ ਸਾਧਾਰਨ ਨੂੰ ਯੋਗੀ ਬਣਾਇਆ ਚਾਹੁੰਦੇ ਸਨ ਜੋ ਅਬਿਨਿਵੇਸ਼ ਜਿਤਨਾ ਸਿੱਖ ਜਾਣ ਅਬਿਨਿਵੇਸ਼ ਤੋਂ ਭਾਵ ਹੈ ਜੀਵਨ ਨਾਲ ਪਕੜ ਮੌਤ ਦਾ ਡਰ ਪਿਆਰੇ ਪਿਤਾ ਜੀ ਸਰਬ ਸਾਧਾਰਨ ਨੂੰ ਯੋਗੀ ਬਣਾਇਆ ਚਾਹੁੰਦੇ ਸਨ ਜੋ ਅਬਿਨਿਵੇਸ਼ ਜਿਤਨਾ ਸਿੱਖ ਜਾਣ ਅਰਥਾਤ ਇਸ ਦੇਹ ਦਾ ਮੋਹ ਛੱਡ ਦੇ ਅਬਿਨਿਵੇਸ਼ ਜਿਤ ਕੇ ਅਲਗ ਹੋ ਬੈਣਾ ਵਿਰਲੇ ਯੋਗੀ ਦਾ ਕੰਮ ਹੈ ਉਸ ਦਾ ਸੁਖ ਕੇਵਲ ਉਸ yogi ਨੂੰ ਹੈ ਸਰਬ ਸਧਾਰਨ ਸਿੱਖ ਲੈਣ ਤਾਂ ਉਪਰਿਆਂ ਦੇ ਦਬੇਲ ਨਾ ਰਹਿਣ ਗੁਰੂ ਜੀ ਦਾ ਭਾਅ ਇਹ ਸੀ ਕਿ ਆਮ ਲੋਕ ਮੌਤ ਦਾ ਡਰ ਦੂਰ ਕਰ ਦੇਣ ਸੱਚ ਦੀ ਖਾਤਰ ਉਪਕਾਰ ਦੀ ਖਾਤਰ ਸੁਤੰਤਰਤਾ ਦੀ ਖਾਤਰ ਜਿੰਦ ਦੇਣ ਨੂੰ ਤਿਆਰ ਹੋ ਜਾਣ ਇੱਜ਼ਤ ਨਾਲ ਮਰਨਾ ਪਸੰਦ ਕਰਨ ਤੇ ਜ਼ਿਲਤ ਨਾਲ ਜੀਵਣਾ ਪਸੰਦ ਨਾ ਕਰਨ ਆਪਣਾ ਰਾਜ ਆਪ ਕਰਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਕਰਾਮਾਤ ਕੀਤੀ ਕਿ ਸਿੱਖਾਂ ਵਿੱਚ ਆਪਾ ਵਾਰਣ ਦਾ ਮਾਦਾ ਪੈਦਾ ਹੋ ਗਿਆ। ਇਸੇ ਤਰ੍ਹਾਂ ਇੱਕ ਪੰਡਤ ਨੇ ਇੱਕ ਦਿਨ ਪੁੱਛਿਆ ਮੈਂ ਆਪ ਦਾ ਸਿੱਖਾਂ ਮੈਂ ਰਾਮ ਜੀ ਨੂੰ ਤ੍ਰੇਤਾ ਦਾ ਕ੍ਰਿਸ਼ਨ ਜੀ ਨੂੰ ਦੁਆਪਰ ਦਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਲਯੁਗ ਦਾ ਅਵਤਾਰ ਮੰਨਦਾ ਹਾਂ। ਸਗੋਂ ਗੁਰੂ ਜੀ ਨੂੰ ਆਪਣਾ ਨਿਜ ਇਸ਼ਟ ਦੇਵ ਅਤੇ ਅਵਤਾਰ ਸ਼ਰੋਮਣ ਮੰਨਦਾ ਹਾਂ। ਉਹ ਗੁਰੂ ਅਵਤਾਰ ਹਨ। ਆਪ ਨੂੰ ਉਹਨਾਂ ਦਾ ਰੂਪ ਉਹ ਸਮਝਦਾ ਹਾਂ। कृपा करके दसो ए तमोगुणी जंग लड़ाई दे समान क्यों दुआले ले आंदे जे आपने पंडित वल तक क्याते बोले राम जी ने रावण नाल युद्ध रचा के उसने हजारों जौदे पुत्र पोते मुकाए अते अपनी सेना दे हजारों मरवाए इक स्त्री छुड़ा के ले आए कृष्ण जी ने लड़नो उदास पांडवा तो युद्ध रजवा दितआ ਤੇ 18 ਖੂਨੀ ਸੈਨਾ ਚਲ ਬਸੀ ਪੰਡਤ ਜੀ ਕਿਆ ਉਹਨੇ ਤਮੋਗੁਣੀ ਕੰਮ ਕੀਤਾ ਪੰਡਤ ਸਮਝ ਗਿਆ ਤੇ ਚਰਨਾ ਉਤੇ ਸਿਰ ਧਰ ਦਿੱਤਾ ਸਚ ਹੈ ਕਲਯੁਗ ਦੇ ਰਖਿਅਕ ਤੇ ਤਾਰਨਹਾਰ ਜੀ ਗੁਰੂ ਜੀ ਹੀਣੀ ਹੋ ਗਈ ਪਰ ਜਾ ਵਿਦੇਸ਼ੋਂ ਆਏ ਪਠਾਣਾ ਮੁਗਲਾਂ ਦੀ ਕੁੱਠੀ ਪਰ ਜਾ ਨੂੰ ਪੈਰਾਂ ਤੇ ਖੜੋਂਣ ਦੀ ਜਾਚ ਸਿਖਾਣ ਲੱਗਾ ਹਾਂ ਤਾਂ ਈਸ਼ੋਰੀਆ ਹੈ ਉਤਸ਼ਾਹ ਹੈ ਬੀਰ ਰਸ ਹੈ ਮੈਂ ਧਰਮ ਰੱਖਿਆ ਵਾਸਤੇ ਸੱਚ ਦੀ ਰੱਖਿਆ ਵਾਸਤੇ ਧਰਮ ਆਤਮਾ ਦੀ ਰੱਖਿਆ ਵਾਸਤੇ ਅਤੇ ਹੀਣੀ ਹੋ ਗਈ ਪਰਜਾ ਵਾਸਤੇ ਜਾਨ ਪਰ ਦੇਣ ਲੱਗਾ ਹਾਂ ਇਸੇ ਤਰ੍ਹਾਂ ਆਪ ਜੀ ਨੇ ਇੱਕ ਦौरा ਦੁਆਬੇ ਦਾ ਕੀਤਾ ਸਾਰੇ ਇਲਾਕਿਆਂ ਵਿੱਚ ਘੁੰਮੇ ਅਤੇ ਸਿੱਖੀ ਦਾ ਪ੍ਰਚਾਰ ਕੀਤਾ ਲਗਭਗ 7 ਮਹੀਨੇ ਫਿਰੇ ਫਿਰ ਆਪਣੇ ਪਿਤਾ ਜੀ ਦੇ ਵਸਾਇਏ ਨਗਰ ਦੁਆਬੇ ਵਾਲੇ ਕਰਤਾਰਪੁਰਾ ਟਿਕਾਣਾ ਅਤੇ ਪ੍ਰਚਾਰ ਕਰਦੇ ਰਹੇ अनेका ਲੋਕਾਂ ਨੂੰ ਨੇਕ ਬਣਾਇਆ ਤੇ ਬਾਣੀ ਨਾਮ ਵਿੱਚ ਲਾਇਆ ਤਦੋਂ ਵੈਸਾਖੀ ਦਾ ਜੋੜ ਮੇਲਾ ਕਾਇਮ ਕੀਤਾ ਫਿਰ ਆਪ ਜੀ RAMDAS PUR ARTI KE 15ਵਾਂ ਹੈ ਦਿੱਲੀਓ ਸਦਾ ਗੁਰੂ ਜੀ ਆਪਣਾ ਕਾਰਜ ਵਿਸ਼ੇਸ਼ਤਾ ਵੱਡੇ ਗੁਰੂ ਸਾਹਿਬਾਂ ਵਾਂਗੂ ਧਰਮ ਪ੍ਰਚਾਰदाई ਕਰਦੇ ਸੇ ਪਰ ਬੀਰ ਰਸੀ ठाਠਵਾਲ ਵੀ ਧਿਆਨ ਸੀ ਕੁਝ ਸੈਨਾ ਵੀ ਹੋ ਗਈ ਸੀ ਚਾਹੋ ਜੇ ਬੜੀ ਥੋੜੀ ਸੀ ਤਖਤ ਉਤੇ ਬੈਠਣਾ ਸ੍ਰੀ ਸਾਹਿਬ ਆਦੀ ਲਿਬਾਸ ਅਤੇ ਚੜਤ ਬੜਤ ਸਿਪਾਈਆਨਾ ਵੀ ਸੀ ਰੱਬ ਦੀ ਦਾਤ ਸਰੀਰ ਚੰਗਾ ਸਰੂ ਵਾਂਗੂ ਉੱਚਾ ਵਦ ਮੌਲਿਆ ਸ਼ਕਲ ਸੂਰਤ ਅਤ ਸੋਹਣੀ ਸੀ ਕਦ ਵਿੱਚ ਚੰਗੇ ਜਵਾਨਾਂ ਤੋਂ ਮੋਢਾ ਕੱਟੁਰ ਦੇ ਸ ਸੰਗ ਤਾਂ ਸਾਰੇ ਦੇਸ਼ ਵਿੱਚ ਫੈਲ ਰਹੀਆਂ ਸਨ ਪੰਜਾਬ ਵਿੱਚ ਤਾਂ ਸ਼ਹਿਰਾਂ ਗ੍ਰਾਵਾਂ ਸਭ ਪਾਈ ਸਿੱਖਾਂ ਦੀ ਗਿਣਤੀ ਅੱਗੇ ਨਾਲੋਂ ਵੀ ਵੱਧ ਹੋ ਤਰੀ। ਕਈ ਵੇਰ ਜੀਵਨਦਾਨ ਲੈਣ ਆਏ, ਕਈ ਸਿੱਖ ਜੋ ਆਪੇ ਵਿੱਚ ਕਿਸੇ ਗਲੇ ਝਗੜੇ ਜਾਂ ਵੈਰ ਵਿਰੋਧ ਵਿੱਚ ਹੁੰਦੇ, ਉਹ ਨਿਆ ਗੁਰੂ ਜੀ ਅੱਗੇ ਲਿਆ ਰੱਖਦੇ। ਅਤੇ ਜੋ ਹੁਕਮ ਹੋ ਜਾਂਦਾ, ਦੋਇ ਤੇਰਾ ਉਸਤੇ ਟੁਰ ਪੈਂਦੀ। ਸਿੱਖਾਂ ਦੇ ਪਰਸਪਰ ਝਗੜਿਆਂ ਦੇ ਨਿਬੇੜੇ ਇਹ ਪਹਿਲੇ ਸਤਿਗੁਰਾਂ ਦੇ ਵੇਲੇ ਵੀ ਕਈ ਵਾਰ ਸ੍ਰੀ ਸਤਿਗੁਰੂ ਨਿਬੇੜਦੇ ਸਨ। ਸਿੱਖ ਅਦਾਲਤਾਂ ਵਿੱਚ ਕੱਟ ਹੀ ਜਾਂਦੇ ਪਰ ਹੁਣ ਹੋਰ ਲੋਕ ਵੀ ਕਈ ਵੇਰ ਗੁਰੂ ਜੀ ਦੇ ਨਿਆਂ ਨੂੰ ਸੱਚ ਅਤੇ ਅੰਤਰ ਯਾਮਤਾ ਦੇ ਰੰਗ ਵਾਲਾ ਸਮਝ ਕੇ ਆ ਪਹੁੰਚੇ ਗੁਰੂ ਸਾਹਿਬ ਦੁਵੱਲੀ ਸੁਣ ਕੇ ਨਿਬੇੜਾ ਕਰ ਦਿੰਦੇ ਅਤੇ ਇਹ ਲੋਕ ਸਿਰ ਮੱਥੇ ਹੋਤੇ ਮੰਨ ਤੁਰਦੇ ਗੁਰੂ ਦਰੋਹੀ ਇਹ ਵਧ ਰਿਆ ਪ੍ਰਤਾਪ ਅਤੇ ਬਲ ਵੇਖ ਕੇ ਕਬਰਾਰੇ ਸਨ ਹੁੰਦੇ ਹੁੰਦੇ ਲਿਖੇ ਹਾਲਾਤੋਂ ਪਤਾ ਚੱਲਦਾ ਹੈ ਕਿ ਫਿਰ ਗੁਰੂ ਵਿਰੁੱਧ ਘੋਰ ਮਸੋਰ ਹੋ ਕੇ ਇੱਕ ਵਿਉਂਤ ਕਰਕੇ ਜਹਾਂਗੀਰ ਦੇ ਕੰਨ ਪਾਰੇ ਗਏ ਕਿ ਨਵਾਂ ਗੁਰੂ ਪਾਤਸ਼ਾਹੀ ਦਾ ਦਾਵੇਦਾਰ ਬਣ ਰਿਹਾ ਹੈ ਤੇ ਫੌਜਾਂ ਇਕੱਠੀਆਂ ਕਰ ਰਿਹਾ ਹੈ ਆਪਣਾ ਠਾਠ ਵੀ ਪਾਤਸ਼ਾਹੀ ਕਰ ਲਿਆ ਸੁ ਤਖਤ ਉਤੇ ਬੈਠਦਾ ਤੇ ਨਿਆਮ ਵੀ ਕਰਦਾ ਹੈ ਇਸ ਦਾ ਹੁਣੇ ਪ੍ਰਬੰਧ ਲੋੜੀਏ ਜਹਾਂਗੀਰ ਨੇ ਵਜ਼ੀਰ ਖਾਨ ਆਪਣੇ ਮੁਅਤਬਰ ਉਹਦੇਦਾਰ ਨਾਲ ਗੱਲਬਾਤ ਗਿਣੀ ਤੇ ਕਿਹਾ ਕਿ ਗੁਰੂ ਜੀ ਨੂੰ ਦਿੱਲੀ ਲੈ ਆਓ ਉਜਾਪ ਦਾ ਹੈ ਵਜ਼ੀਰ ਖਾਨ ਨੇ ਕੁਝ ਸਹੰਦੀ ਸਹੰਦੀ ਗੱਲਬਾਤ ਗੁਰੂ ਪਖ ਦੀ ਕੀਤੀ ਕਿ ਗੁਰੂ ਧਾਰਮਿਕ ਆਗੂ ਹੈ ਅਜੇ ਉਮਰ ਛੋਟੀ ਹੈ ਪਰ ਸਾਇਬੇ ਕਸ਼ਫ ਹੈ ਲੋਕ ਇਸ ਕਰਕੇ ਬਹੁਤ ਸਨਮਾਨ ਕਰਦੇ ਹਨ ਕੋਈ ਅਪਰਾਧ ਵਾਲੀ ਗੱਲ ਉਹਨਾਂ ਨੇ ਨਹੀਂ ਕੀਤੀ ਘੋੜੇ ਸਿਪਾਈ ਹੋਰ ਵੀ ਕਈ ਅਮੀਰ ਜੋ ਸਰਕਾਰੀ ਨੌਕਰ ਨਹੀਂ ਰੱਖਦੇ ਹਨ ਕਈ ਪੀਰਾਂ ਪਾਸ ਵੀ ਜਵਾਨ ਹਨ ਜਿੱਥੇ ਗੁਰੂ ਰਹਿੰਦਾ ਹੈ ਨਗਰੀ ਆਪ ਵਸਾਈ ਹੈ ਉਹ ਥਾਂ ਮਾਜੇ ਦਾ ਸਿਰਾ ਹੈ ਮਾਜੇ ਵਿੱਚ ਕਈ ਠਗ ਧਾੜ ਵੀ ਹਨ ਕੀ ਜਾਣੀ ਆਪਣੀ ਨਗਰੀ ਦੀ ਰਾਖੀ ਲਈ ਕੁਝ ਜਵਾਨ ਰੱਖੇ ਹੋਣ ਇਸ ਲਈ ਹਜ਼ੂਰ ਜੋ ਚਾਹੋ ਸੋ ਕਰੋ ਪਰ ਹੋਰ ਪੜਤਾਲ ਕਰ ਲਓ ਤਾਂ ਚੰਗਾ ਹੈ ਆਪ ਇਨਸਾਫ ਦੇ ਲਈ ਸਦਾ ਤਤਪਰ ਹੋ ਤੇ ਮਸ਼ਹੂਰ ਹੋ ਜਹਾਂਗੀਰ ਨੇ ਦਿਲ ਦੀ ਗੱਲ ਤਾਂ ਨਾ ਕਹੀ ਇਤਨਾ ਹੀ ਕਿਹਾ ਤੂੰ ਆਪ ਜਾ नाल किंच बेग नू ले जा हालात आप देख पाल आते के दस पर गुरु ने अपने न लिया जे कुछ गल है तो पातशाही जलाल देख के गुरु आपे होश आ जा सी तद वजीर खान ने सिर निभा के किया हाँ हजूर आप देखोगे तो पूरी तसली हो जाएगी कि गुरु दीन दादी है अति उसका दुनियावी प्रताप ਦੀਨੀ ਪ੍ਰਤਾਪ ਕਰਕੇ ਹੈ ਅਤੇ ਵੱਡਾ ਹੈ। ਵਜ਼ੀਰ ਖਾਨ ਦਾ પ્રસੰਗ ਅਸ਼ਟਗੁਰੂ ਚਮਤਕਾਰ ਵਿੱਚ ਪੰਚਮ ਗੁਰੂ ਜੀ ਦੇ ਹਾਲ ਵਿੱਚ ਆ ਚੁੱਕਾ ਹੈ। ਉਹ ਅਸਲ ਵਿੱਚ ਪੱਕੇ ਨਿਸ਼ਚੇ ਵਾਲਾ ਸਿੱਖ ਸੀ ਅਤੇ ਇਸੇ ਕਰਕੇ ਗੁਰੂ ਜੀ ਦਾ ਪੂਰਾ ਪੱਖ ਕਰਦਾ ਸੀ। ਕਿੰਝ ਬੇਕ ਸਿੱਖਤਾ ਨਹੀਂ ਸੀ ਪਰ ਖੋਟੇ ਦਿਲ ਵਾਲਾ ਨਹੀਂ ਸੀ। ਦੋਏ ਹੁਣ ਦਿੱਲੀੋਂ ਟਰ ਕੇ RAMDAS PURE ਆ ਗਏ। 16ਵਾਂ ਹੈ। ਅੰਮ੍ਰਿਤਸਰੋਂ ਕੁਝ ਗਲ ਕੀ ਵਜ਼ੀਰ ਖਾਂ ਤੇ ਕੰਚ ਬੇਗ ਦਿੱਲੀ ਤੋਂ ਚੱਲ ਕੇ RAMDAS PURE ਆਏ ਸਤਿਗੁਰੂ ਜੀ ਨੂੰ ਅਦਬ ਨਾਲ ਮਿਲੇ ਤੇ ਦੱਸਿਆ ਕਿ ਪਾਦਸ਼ਾਹ ਨੇ ਆਪ ਨੂੰ ਦਿੱਲੀ ਦਰਸ਼ਨ ਦੇਣ ਲਈ ਸੱਦਿਆ ਹੈ ਗੁਰੂ ਜੀ ਨੇ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਬਹੁਤੀ ਗੱਲਾਂ ਕੁਝ ਚੁਗਲੀਆਂ ਵੈਰੀਆਂ ਨੇ ਕੀਤੀਆਂ ਹਨ ਅਤੇ ਉਸ ਨੂੰ ਸ਼ੱਕ ਪਿਆ ਹੈ ਆਪ ਜੇ ਚੱਲੇ ਚਲੋ ਤਾਂ ਮੌਕਾ ਬਣ ਸਕਦਾ ਹੈ ਸਾਰੀ ਗਲਦੀ ਅਸਲੀਅਤ ਪਾਦਸ਼ਾਹ ਤੇ ਖੁੱਲ ਪੈਣ ਦਾ ਅਤੇ ਕੁਝ ਚੰਗੀ ਗੱਲ ਹੋ ਜਾਣ ਦਾ ਵੈਸੇ ਕੋਈ ਖਤਰਾ ਅੱਗੇ ਵਾਂਗ ਨਹੀਂ ਕਿਉਂਕਿ ਕੋਈ ਖਾਸ ਗੱਲ ਐਸੀ ਨਹੀਂ ਕਿ ਪਾਦਸ਼ਾਹ ਕੋਈ ਜ਼ੁਲਮ ਕਰੇ ਕੋਈ ਕਾਰਨ ਉਸ ਦੇ ਹੱਥ ਵਿੱਚ ਨਹੀਂ ਹੈ ਵੈਸੇ ਉਹ ਆਪਣੇ ਇਨਸਾਫ ਦਾ ਆਪ ਬੜੇ ਫਖਰ ਕਰਨੇ ਵਾਲਾ ਵੀ ਹੈ ਕੋਈ ਕਾਰਨ ਮਿਲੇ ਬਿਨਾ ਕੋਈ ਉਪਦਰਵ ਨਾ ਕਰ ਸਕੇਗਾ ਅਸੀਂ ਵੀ ਆਪ ਦੇ ਦਾਸ ਕੋਲ ਹਾਂ ਜਦ ਦੇਰੇ ਖਬਰ ਹੋਈ ਕਿ ਪਾਤਸ਼ਾਹੀ ਸਦਾ ਆਇਆ ਹੈ ਤਾਂ ਪਹਿਲਾਂ ਤਾਂ ਬੜੀ ਕਬਰਾਟ ਹੋਈ ਪਿਛਲਾ ਸਦਾ ਯਾਦ ਕਰਕੇ ਫਿਕਰ ਪੈਣਾ ਹੀ ਸੀ ਭਾਈ ਬੁੱਢਾ ਤੇ ਭਾਈ ਗੁਰਦਾਸ ਨਾਲ ਵਿਚਾਰ ਕਰਨ ਤੇ ਸਤਿਗੁਰੂ ਜੀ ਦੀ ਆਪਣੀ ਸਲਾਹ ਜਾਣ ਦੀ ਬਣੀ ਪਰ ਮਾਤਾ ਜੀ ਅਤੇ ਹੋਰ ਨਿਕਟਵਰਤੀ ਉਦਾਸੀ ਵਿੱਚ ਸਨ ਫਿਰ ਮਾਤਾ ਜੀ ਨੂੰ ਗੁਰੂ ਜੀ ਦੇ ਸਮਝਾਉਣ ਪਰ ਕੁਝ ਤਸੱਲੀ ਹੋ ਗਈ ਅਤੇ ਬਾਕੀ ਸੰਗਤ ਭਾਈ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੇ ਸਮਝਾਉਣ ਪਰ ਮੰਨ ਗਈ। ਇਉ ਗੁਰੂ ਜੀ ਟੁਰ ਪਏ ਅਤੇ ਦੋ ਕੋਹਾਂ ਉੱਤੇ ਪਹਿਲਾ ਡੇਰਾ ਕੀਤਾ। ਉੱਥੇ ਰਾਤ ਰਹਿ ਕੇ ਗੁਰੂ ਜੀ ਨੇ ਸਵੇਰੇ ਵਾਰ ਦਾ ਭੋਗ ਪਾ ਕੇ ਸੰਤਾਂ ਨੂੰ ਵਿਦਾ ਕੀਤਾ ਅਤੇ ਆਪ ਅੱਗੇ ਟੁਰੇ। ਸ੍ਰੀ ਗੁਰੂ ਜੀ ਨੇ ਹਰਿਮੰਦਰ ਦੇ ਕੀਰਤ ਸ੍ਰੀ ਗੁਰੂ ਜੀ ਨੇ ਹਰਿਮੰਦਰ ਦੀ ਕੀਰਤਨ ਆਦਿ ਦੀ ਮਰਿਆਦਾ ਆਈਆਂ ਸੰਤਾਂ ਨੂੰ ਉਪਦੇਸ਼ ਅਤੇ ਹੋਰ ਕੰਮ ਭਾਈ ਬੁੱਢਾ ਜੀ ਨੂੰ ਲੰਗਰ ਦਾ ਪ੍ਰਬੰਧ ਭਾਈ ਗੁਰਦਾਸ ਜੀ ਨੂੰ ਸੰਗਤਾਂ ਦੀ ਖਾਤਰ ਰਿਹائش ਦਾ ਬੰਦੋਬਸਤ ਅਤੇ ਨਗਰੀ ਦੇ ਮੰਦਰਾਂ ਦੀ ਹੋਰ ਸਾਰੀ ਸਪੁਰਦੀ ਕੀਤੀ ਗੱਲ ਕੀ ਪ੍ਰਬੰਧ ਤੇ ਪ੍ਰਚਾਰ ਦੇ ਸਾਰੇ ਕੰਮ ਦੋਹਾਂ ਦੀ ਸਪੁਰਦੀ ਵਿੱਚ ਦਿੱਤੇ ਫਿਰ ਮਾਤਾ ਜੀ ਦੀ ਆਗਿਆ ਪਾਲਨ ਦੀ ਦੋਹਾਂ ਨੂੰ ਤਾਕੀਦ ਕੀਤੀ ਅਤੇ ਇਹਨਾਂ ਦੇ ਨਾਲ ਹੀ ਆਗਿਆ ਵਿੱਚ ਭਾਈ ਬਹਿਲੋ ਭਾਈ ਭਗਤੂ ਆਦੀ ਨਗਰ ਦੇ ਪ੍ਰਬੰਧ ਵਿੱਚ ਲਾਏ ਹੋਰ ਸ਼ਾਇਰੀਆਂ ਨੂੰ ਸਮਤ ਦਿੱਤੀ ਕਿ ਸੋਹਣੀ ਤਰ੍ਹਾਂ ਪਰਸਪਰ ਪਿਆਰ ਨੇਕੀ ਅਤੇ ਨਾਮ ਸਿਮਰਨ ਦਾ ਜੀਵਨ ਬਣਾਓ ਪਰਉਪਕਾਰ ਕਰੋ ਅਤੇ ਪਾਪ ਕਰਮਾਂ ਤੋਂ ਸਦਾ ਬਚੋ ਤਵਾਰੀਖ ਗੁਰੂ ਖਾਲਸਾ ਮੁਜਬ ਸ੍ਰੀ ਗੁਰੂ ਜੀ ਨੇ ਹੇਠ ਲਿਖੇ ਸਿੱਖ ਦਾਨੇ ਸੂਰਬੀਰ ਧਰਮੀ ਤੇ ਪਰਉਪਕਾਰੀ ਸਜਣ ਆਪਣੇ ਨਾਲ ਲਏ ਭਾਈ ਵਿਦੀ ਚੰਦ ਜੇਠਾ ਪੇੜਾ ਮੋਖਾ ਰਾਜੂ ਸਨਮੁਖ ਦਿਲਵਾਲੀ ਪਾਣਾ ਮੁੰਸ਼ੀ ਬਟਾਲੇ ਵਾਲਾ ਬਹਿਲ ਖਤਰੀ ਕਾਲੀ ਦੀਨ ਮੋਹਨ ਦੇਵੀ ਸਿੰਘ ਪੂਰਬੀ ਐ ਸੁੰਦਰਦਾਸ ਵੈਰਾਗੀ ਗੰਗੂ ਸਿੰਘ ਬਹਾਦਰ ਜੈਤਾ ਸ਼ੇਰ ਗੁਰੂ ਕਾ ਭਾਈ ਕਾਲਾ ਤਖਤਾ ਮਲਵਈ ਦੁਲਤ ਜੱਟ ਜਿਹੜੇ ਅੱਧੇ ਅੱਧੇ ਮਨ ਦੀ ਸਾਂਗ ਰੱਖਦੇ ਸੇ ਭਾਈ ਤੇ ਲੋਕ ਚੰਦ ਰਸਾਲਦਾਰ ਭਾਈ ਲਾਲੂ ਬਾਲੂ ਦੀਵਾਨ ਅਤੇ ਭਾਈ ਸ਼ੇਰੂ ਆਦਿਕ ਤਿਵਾਰਿਖ ਗੁਰੂਖਾਲਸਾ ਮੁਜਬ ਆਪ 1673 ਬਿਕਰਮੀ ਜੇਠ 3 ਨੂੰ ਟਰੇ ਪਰ ਮੈਕਾਲਫਤ ਹੋਰ ਹਿਸਾਬ ਨਾਲ ਆਪ 1669 ਮਾਗ ਵੇ ਟਰੇ ਇਸ ਪਿਛਲੇ ਹਿਸਾਬ ਮੁਜਬ ਆਪ ਦੀ ਉਮਰ ਹੁਣ 17 ਸਾਲ ਦੀ ਸੀ ਤਿਵਾਰਿਖ ਗੁਰੂਖਾਲਸਾ ਦੇ ਹਿਸਾਬ ਨਾਲ 20 ਸਾਲ ਦੀ ਆਪ ਦੀ ਸੂਰਤ ਬਹੁਤ ਸੁੰਦਰ ਸੀ ਸਰੀਰ ਬੜਾ ਸਡੋਲ ਅਤੇ ਕਦ ਚੋਖਾ ਲੰਮਾ ਹੋ ਗਿਆ ਸੀ ਇਕ ਬਦੇਸ਼ੀ ਲੇਖਕ ਲਿਖਦਾ ਹੈ ਕਿ ਆਪਦੇ ਮੋੜਿਆਂ ਨਾਲ ਲੰਮੇ ਤੋਂ ਲੰਮੇ ਆਦਮੀ ਦਾ ਸਿਰ ਮਸਾਂ ਪੜਦਾ ਸੀ ਗੁਰੂ ਸਾਹਿਬ ਕੂਚ ਕਰਕੇ ਤਰਨਤਾਰਨ ਆਏ ਇੱਥੇ ਆਰਾਮ ਕਰਕੇ ਅਗਲੇ ਦਿਨ ਖਡੂਰ ਗੋਇੰਦਵਾਲ ਪੁੱਜੇ ਸੁਲਤਾਨਪੁਰ ਹੁੰਦੇ ਰਾਤਾਂ ਰਸਤੇ 'ਤੇ ਠਹਿਰਦੇ ਭੋਏ ਜਾ ਉਤਰੇ ਇੱਥੋਂ ਟੁਰੇ ਦਿੱਲੀ ਜਾ ਪਹੁੰਚੇ ਅਤੇ ਮਜਨੂ ਦੇ ਢਿੱਲੇ ਡੇਰਾ ਕੀਤਾ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ